ਪਤਾ ਨਹੀਂ ਕਾਦਰ ਕਿਦੇ ਵਗ ਗਿਆ ਹੈ ਇੱਕ ਵਿਰਾ ਕਮਲਾ ਹੋ ਗਿਆ ਹੈ ਤੇ ਦੂਆ ਵਿਰਾ ਜਿਹੜਾ ਹੈ ਉਹ ਵੀ ਮੈਨੂੰ ਕਿਹਾ ਸਿੱਧਾ ਤੌਰ ਤੇ ਜਵਾਬ ਹੀ ਨਾ ਦੇ ਦਿੰਦਾ ਪਤਾ ਨਹੀਂ ਕੀ ਕਰੂ ਤੇ ਕੀ ਨਾ ਕਰੂ ਮੇਰੇ ਨਾਲ ਇਹਨਾਂ ਦੇ ਚੱਕਰ ਵਿੱਚ ਮੈਂ ਵੀ ਬੁੱਢਾ ਹੋ ਗਿਆ ਤੇ ਪਰੇਸ਼ਾਨ ਹੋ ਗਿਆ ਕਾਦਰ ਤੂੰ ਇੱਥੇ ਸੁੱਤਾ ਪਿਆ ਓ ਯਾਰ ਕੀ ਕਰ ਛੱਡਿਆ ਇਹਨੇ ਕਾਦਰ ਯਾਰ ਪਰੇਸ਼ਾਨ ਕੀਤੀ ਖਲੋਤੇ ਨੇ ਇੱਕ ਵਿਰਾ ਕਮਲਾ ਹੋਇਆ ਪਿਆ ਤੇ ਤੂੰ ਇੱਥੇ ਸੁੱਤਾ ਹੋਇਆ ਪਿਆ ਉੱਠੀ ਖਲੋ ਤੇ ਯਾਰ ਮੁੜ ਕੇ ਸੌਰੀ ਵੀ ਲਈ ਕੀਤੀ ਕਰੋ ਮਾਲ ਵੇ ਕਿਵੇਂ ਹੋਇਆ ਖਲੋਤਾ ਪੱਠੇ ਮੈਂ ਸਟੈਂਦਾ ਵਾ ਨਾ ਉੱਠੀ ਵੇ ਕਾਦਰ ਉੱਠੀ ਵੇ ਯਾਰ ਤੋ ਰਾਤ ਭਾਵੇਂ ਥੱਕਾ ਹੋਇਆ ਨਾ ਹੁਣ ਮੁੜ ਉੱਠੀ ਚ ਪਾਓ ਯਾਰ ਵਿਰਾ ਆਪਣਾ ਕਮਲਾ ਹੁੰਦਾ ਇੱਕੋ ਸੋਚਣਾ ਆ ਤੇ ਕੋਈ ਕਰੀਏ ਯਾਰ ਮੈਂ ਆਪ ਕਮਜ਼ੋਰ ਬੰਦਾ ਮੈਂ ਤੁਹਾਡੇ ਨਾਲ ਕੀ ਕਰਾਂ ਤਾਂ ਸਹੀ ਤੇ ਮਾਂ ਵੀ ਮਰਨ ਆ ਜੀ ਕੀ ਹੋਇਆ ਯਾਰ ਕੀ ਹੋਣਾ ਕਿ ਕੰਮ ਕੀਤਾ ਕਰੀ ਆਪਾਂ ਤੁਹਾਡੂ ਦਲੀਲ ਹੋਏ ਪਏ ਆ ਸਾਰੇ ਦੇ ਤੂੰ ਆ ਬੈਠਾ ਰਹਿ ਯਾਰ ਮੈਂ ਪੱਠੇ ਕੁੱਟਣਾ ਵੰਦਾ ਪਿਆ ਵਾਲ ਚਿੱਟੇ ਖਲੋ ਤੇਰ ਕਾ ਖਿਆਲ ਯਾਰ ਮੇਰਾ ਵੀ ਕਰੋ ਤਾਂ ਆਪਦਾ ਹੀ ਕਰੋ ਚਲੋ ਕੋ ਖਿਆਲ ਨਹੀਂ ਇੱਕ ਤਾਂ ਦੀ ਨਿੰਦਾ ਵੀ ਸਾਨੂੰ ਲਾ ਲਿਆ ਆ ਯਾਰ ਕਾ ਦੇ ਰਹੀ ਵੀ ਨਾ ਕੀਤਾ ਕਰ ਯਾਰ ਹੁਣ ਇੱਥੇ ਬੋਡੇ ਕੇ ਪਿਆ ਐਦਾਂ ਕੋ ਤੂੰ ਨਿੰਦਾ ਦਾ ਪਿਆਰਾ ਹੈ ਨਾ ਕੋ ਖਿਆਲ ਕੀਤਾ ਕਰ ਯਾਰ ਸਾਰੀ ਰਾਤ ਭਾਵੇਂ ਤਾਂ ਪਾਣੀ ਵੀ ਨਹੀਂ ਲੈਂਦਾ ਤੇ ਨਾ ਕੁਛ ਕਰਨਾ ਤੇ ਨਾ ਕੁਛ ਹੁਣ ਮੋੜ ਯਾਰ ਹੁਣ ਅਸਾਂ ਇਸ ਨਾਲ ਚੱਲੇ ਨਾ ਬੇੜੀ ਚ ਲੱਥਾਂ ਤੇ ਆਏ ਹੈ ਜੋ ਛੱਪੜ ਥਾ ਇੱਥੇ ਨਾਲ ਦੋ ਮਿੰਟ ਆਰਾਮ ਕਰਸਾ ਮਾਇਆ ਲਿਖਿਆ ਮੱਝ ਚੜ ਗਈ ਖੰਬਿਆਂ ਤੇ ਉਹ ਪਾਲੀ ਮਾਇਆ ਲਾਏ ਉਹ ਛਾ ਢਲ ਗਈ ਗੈਰਾਂ ਤੇ ਇੱਥੇ ਮੇਰਾ ਢੋਲਾ ਆਏ ਉਹ ਮੈਂ ਬੰਦੀ ਜੁਟੈਨੀਆਂ ਮੈਨੂੰ ਬਹੁ ਪਿਆਸ ਲੱਗੀ ਹੋਈ ਯਾਰ ਆਇਆ ਆਏ ਹੁਣ ਡੇਰਾ ਇੱਥੇ ਬਾਹਰ ਚਲਾ ਤਾਂ ਦੋ ਮਿੰਟ ਸਕੂਨ ਕਰ ਲੈਣਾ ਹੋਵੇ ਨਾ ਇੱਥੇ ਚਲੋ ਇਹ ਗੀਤ ਗਾ ਇੱਥੇ ਮੇਰਾ ਡੋਲਾ ਮੈਂ ਮੰਦੀ ਸਕੂਨ ਕਰਨਾ ਤੇ ਕਿਸਾ ਸਕੂਨ ਹੋ ਗਿਆ ਉਸ ਤੋਂ ਬਾਅਦ ਮੁੜ ਅਗਾਂਹ ਜਾ ਕੇ ਸਾਂ ਪੁੱਛਾਂ ਜਲਿਆ ਕਦੀ ਤੂੰ ਡਰਿਆ ਤਾਂ ਹੈ ਨਹੀਂ ਇੱਕ ਵਾਰੀ ਬਣਾਇਆ ਤੇ ਆਪਣਾ ਮੈਨੂੰ ਥਾਂ ਮਾਰੂ ਖੁਦਾ ਦੀ ਦਾਤ ਪਾਕ ਕਿਹੜੇ ਆਰਾਮ ਨੂੰ ਗੱਛ ਦੇ ਕਿਸੇ ਕਮਰੇ 'ਚ ਆ ਪਿਆ ਮੇਰੇ ਮਾਲਕ ਮੈਨੂੰ ਬਚਾ ਮੈਂ ਤੇ ਜਾਂਦਾ ਇਹ ਬੱਧਾ ਹੋਇਆ ਆਪਣਾ ਬਜਾ ਛੱਡਿਆ ਯਾਰ ਪਤਾ ਨੀ ਮਰਿਆ ਕਿ ਜਿੰਦਾ ਯਾਰ ਨੂੰ ਚਾਹ ਮਾਰੀ ਹੈ ਇੱਕ ਪਰ ਚਲੂ ਨਾ
يا